ਕਹਿੰਦੇ ਕਾਲ ਮੀ ਤੇਰੇ ਫਾਈਕ। ਘਰ ਵਾਲਿਆਂ ਵਾਸਤੇ ਵੀ ਬਿਗ ਰਿਸਪੈਕਟ ਹੈ, ਠੀਕ ਹੈ ਜੀ, ਉਹਨਾਂ ਦੀ ਰਿਸਪੈਕਟ, ਇੱਜ਼ਤ ਕਰਦੇ ਆ ਤੇਰੀ ਤੋਂ, ਅੱਛੇ ਲੋਕ ਨੇ। ਕੋਈ ਦਿਨ ਉਹ ਆਣਾ ਵੇ ਵੀ ਜਦੋਂ ਤੁਹਾਡੇ ਦਰਵਾਜ਼ੇ 'ਚ ਮੈਂ ਅੰਦਰ ਆਣਾ ਤੇ ਇਹਨਾਂ ਨੇ ਮੇਰੇ ਸਿਰ ਤੇ ਪਿਆਰ ਦੇਣਾ, ਉਹ ਆਊਗਾ ਵਕਤ। ਕੰਟਰੋਲ ਬਸ ਸਾਨੂੰ ਸਾਰੀ ਜ਼ਿੰਦਗੀ ਕੰਟਰੋਲ 'ਚ ਰੱਖੀ। ਸਾਰੀ ਜ਼ਿੰਦਗੀ ਕਿੱਥੇ? ਕੀ ਮਤਲਬ ਸਾਰੀ ਜ਼ਿੰਦਗੀ ਕਿੱਥੇ ਤੂੰ ਮਤਲਬ? ਮਤਲਬ 1 ਮਹੀਨਾ ਵੀ ਨਹੀਂ ਹੋਇਆ ਤੂੰ ਮੈਨੂੰ ਮਿਲਿਆ, ਅੱਜ 28 ਹੈ। ਆਈ ਆ ਤੇ ਸੀ ਇੱਕ ਇਸ ਮਹੀਨੇ ਮਹੀਨੇ ਦੇ ਦੀ ਵਿੱਚ ਦੋ ਇੰਨਾ ਕੁਝ ਤਾਰੀਖ ਕਰ ਨੂੰ ਛੱਡਿਆ, ਪੂਰੀ ਜ਼ਿੰਦਗੀ ਵਿੱਚ ਵੀ ਉਹ ਕੁਝ ਨਹੀਂ ਹੋਣਾ। ਇਸ ਮਹੀਨੇ ਦੀ 2 ਤਾਰੀਖ ਨੂੰ ਸਾਡਾ ਪਹਿਲੀ ਵਾਰ ਅਸੀਂ ਮਤਲਬ ਸਲਾਮ ਤੋਂ ਆਏ, ਤੂੰ ਮਤਲਬ ਮੇਰੀ ਬਰੋਡ ਤੇ ਆਇਆ ਸੀ ਆਹੋ ਤੇ ਉਸ ਦਿਨ ਮੈਚ ਲੱਗ ਗਿਆ ਸੀ। ਨਹੀਂ ਲੇਕਿਨ ਗੱਲ ਦੱਸਾਂ, ਨਹੀਂ 1 ਮਿੰਟ, ਹਾਂ ਚੱਲ ਦੱਸ। ਇਹ ਮਹੀਨਾ ਮੇਰੀ ਲਾਈਫ ਦਾ ਸਭ ਤੋਂ ਬੈਸਟ ਮੰਥ ਰਿਹਾ ਹੈ। ਫੁੱਲ ਇੰਜੋਏ, ਮਸਤੀ, ਅੱਛੇ ਫਰੈਂਡ। ਮੈਂ ਤੇ ਤੋਂ ਮੈਂ ਕਹਿੰਦੀ ਹਾਂ ਮੈਂ ਬ੍ਰੋਡਕਾਸਟਿੰਗ ਕਾਲੇ ਕੋ ਸਿੱਖੀ ਹੈ, ਮੈਨੂੰ ਬ੍ਰੋਡਕਾਸਟਿੰਗ ਨਹੀਂ ਕਰਨੀ ਆਉਂਦੀ ਸੀ। ਮੈਂ ਗੰਦੇ ਹੋਸਟ ਜਿਹੜੇ ਗਾਲੀਆਂ ਕੱਢਦੇ ਨੇ ਉਹਨਾਂ ਨਾਲ ਮੈਚ ਲਾਉਂਦੀ ਹੁੰਦੀ ਸੀ, ਉਹਨਾਂ ਨਾਲ ਮੈਂ ਉਹ ਬਕਵਾਸ ਕਰਦੇ ਸੀ ਤੇ ਮੇਰੇ ਕੋਲ ਬਰਦਾਸ਼ਤ ਨਹੀਂ ਹੁੰਦਾ ਸੀ ਤੇ ਮੇਰੇ ਮੂੰਹ 'ਚੋਂ ਗਾਲੀਆਂ ਨਿਕਲ ਆਉਂਦੀਆਂ ਸੀ, ਆਟੋਮੈਟਿਕ ਹੀ ਨਿਕਲ ਆਉਂਦੀਆਂ ਸੀ। ਸਾਲੇ ਕਮੈਂਟ ਕਰਦੇ ਸੀ ਮੈਂ ਬਕਵਾਸ, ਲੇਕਿਨ ਮੈਂ ਕਾਲੇ ਕੋ ਬ੍ਰੋਡਕਾਸਟਿੰਗ ਸਿੱਖੀ, ਕਾਲੇ ਕੋ ਗੱਲ ਕਰਨਾ ਸਿੱਖਿਆ, ਕਾਲੇ ਕੋ ਸਿੱਖਿਆ ਕਿ ਲਾਈਫ 'ਤੇ ਗੱਲ ਕਿੰਝ ਕਰੀਦੀ ਹੈ, ਬਕਵਾਸ ਨਹੀਂ ਕਰੀਦੀ ਹੈ, ਪੋਜ਼ਿਟਿਵ ਤਰੀਕੇ ਨਾਲ ਵੀ ਤੁਸੀਂ ਬ੍ਰੋਡ ਕਰ ਸਕਦੇ ਹੋ। ਮੈਂ ਕਾਲੇ ਕੋ ਸਿੱਖਿਆ, ਮੈਨੂੰ ਬ੍ਰੋਡਕਾਸਟਿੰਗ, ਹਾਲਾਂਕਿ ਮੈਨੂੰ ਇਹ 6ਵਾਂ 7ਵਾਂ ਮਹੀਨਾ ਹੈ, ਲੇਕਿਨ ਇਸ 7ਵੇਂ ਮਹੀਨੇ 'ਚ ਇਹ ਮਹੀਨਾ ਮੈਨੂੰ ਅੱਜ ਲੱਗਿਆ ਕਿ ਮੈਂ ਸਹੀ ਬ੍ਰੋਡਕਾਸਟਿੰਗ ਕਰਨ ਦੀ ਹਾਂ, ਹੁਣ ਕਰਨ ਦੀ ਹਾਂ ਥੋੜ੍ਹੀ ਬਹੁਤ, ਉਹ ਵੀ ਕਾਲੇ ਤੋਂ 10%, 90% ਹਲੇ ਵੀ ਮੈਨੂੰ ਸਿੱਖਣ ਦੀ ਲੋੜ ਹੈ। ਸੱਚੀ ਗ੍ਰੇਸ ਟਾਈਮ ਨਹੀਂ, ਸੱਚੀ ਬਾਤ ਹੈ, ਸੀਰੀਅਸਲੀ। ਵੇ ਕਸੀ ਤੇ ਮੇਰੇ ਬੰਦੇ ਹੀ ਨਹੀਂ ਨਾ, ਅੱਜ ਤੱਕ ਗੱਲ ਆਪਣੀ ਸਾਫ ਸੁਥਰੀ ਕਰੀ ਦੀ, ਸਾਡੇ ਤੋਂ ਕੁਝ ਸਿੱਖ ਲਵੇ ਠੀਕ ਹੈ, ਤੇ ਬਾਕੀ ਕੋਈ ਇਹਦਾ ਚੱਕਰ ਨਹੀਂ। ਮੈਨੂੰ ਨਹੀਂ ਪਤਾ ਕਿ ਮੈਂ ਕੁਝ ਤੈਨੂੰ ਸਿਖਾਇਆ ਵੇ, ਹਾਂ ਅਗਰ ਤੂੰ ਕੁਝ ਸਿੱਖਦੀ ਰਹੀ ਹੈ ਤੇ ਉਹ ਤੇਰਾ ਕਲੇ। ਮੈਂ ਕੱਲ੍ਹ, ਤੈਨੂੰ ਪਤਾ ਮੇਰੇ ਕੋਲ ਇਸ ਟਾਈਮ 8 ਆਈਡੀਆਂ ਨੇ, ਜਦ ਤੋਂ ਮੇਰੀ 1 ਪ੍ਰਾਈਵੇਟ ਆਈਡੀ ਤੇਰੀ ਬਰੋਡ ਤੇ, ਮੈਂ ਇਹ ਨਹੀਂ ਦੇਖਦੀ ਕਿ ਤੂੰ ਕਿਸ ਕੁੜੀ ਨਾਲ ਕੀ ਗੱਲ ਕਰਦਾ, ਬਿਲਕੁਲ ਵੀ ਨਹੀਂ। ਮੈਂ ਸਿਰਫ ਇਹ ਦੇਖਦੀ ਹਾਂ ਕਿ ਗੱਲ ਕਿੰਝ ਕਰੀ ਦੀ ਹੈ ਕਿਸੇ ਬਰੋਡ ਨੂੰ। ਮੈਂ ਤੇਰੀ ਬਰੋਡ ਤੇ, ਮੈਂ ਪਤਲੂ ਦੀ ਬਰੋਡ ਤੇ ਬੈਠੀ ਰਹਿੰਦੀ ਹੈ, ਸਿਰਫ ਇਹ ਦੇਖਦੀ ਹਾਂ ਕਿ ਬ੍ਰੋਡਕਾਸਟਿੰਗ ਕਿੰਝ ਕਰੀ ਦੀ ਹੈ। ਮੈਂ ਵੱਡੇ ਮਤਲਬ ਜਿਹੜਾ ਪੋਜ਼ਿਟਿਵ ਯੂਜ਼ਰ ਇਹਨਾਂ ਦੇ ਵੱਡੇ ਮਤਲਬ ਸਿੱਖਦੇ ਆ, ਕਹਿੰਦੇ ਆ ਕਿਸੇ ਆਪਣੇ ਤੋਂ ਸੀਨੀਅਰ ਤੋਂ ਨਾ ਸਿੱਖਣ ਨੂੰ ਕੁਛ ਮਿਲਦਾ ਹੈ। ਹੁਣ ਬੇਸ਼ੱਕ ਤੂੰ ਕਾਲਾ ਹੈ, ਤੂੰ ਸੀਨੀਅਰ ਹੈ ਮੇਰੇ ਤੋਂ, ਅੱਛਾ ਬ੍ਰੋਡਕਾਸਟਰ ਹੈ, ਤੇ ਮੈਂ ਤੇਰੀ ਬ੍ਰੋਡ ਤੇ ਬੈਠੀ ਦੇਖਦੀ ਹਾਂ ਤੂੰ ਗੱਲ ਕਿੰਝ ਕਰਦਾ ਹੈ, ਬ੍ਰੋਡਕਾਸਟਿੰਗ ਕਿੰਝ ਕਰਦਾ ਹੈ, ਐਂਟਰਟੇਨ ਕਿੰਝ ਕਰਦਾ। ਸੋ ਬਸ ਮੇਰਾ ਮਤਲਬ ਯਾਦ ਵੀ ਹੋ ਨਹੀਂ ਗਿਆ, ਮੇਰੇ ਮੂੰਹ ਚ ਨਿਕਲ ਗਿਆ, ਮਤਲਬ ਕਿ ਯਾਰ ਮੇਰੇ ਕਹਿਣੇ ਕਾ ਵੋ ਮਤਲਬ ਨਹੀਂ ਥਾ, ਮੇਰੇ ਕਹਿਣੇ ਕਾ ਕੁਛ ਹੋਰ ਮਤਲਬ ਥਾ, ਮੇਰੇ ਮੂੰਹ ਸੇ ਨਿਕਲ ਗਿਆ। ਉਧਰੋਂ ਪੈ ਗਿਆ ਤੁਹਾਡੀ ਭੈਣ ਦੀ ਚਿੱਕੀ। ਓਕੇ, ਕਾਲਾ ਤਾਂ ਬੜੀ ਕਾਲਾ ਹੈ ਨਾ। ਨਹੀਂ ਤੂੰ ਮੈਨੂੰ ਇੱਕ ਗੱਲ ਦੱਸ ਵੀ, ਤੂੰ ਕਿਸ ਮੌਜੂ ਨਾਲ ਗੱਲ ਕੀਤੀ ਕਿ ਬੇਸ਼ੱਕ ਤੂੰ ਕਾਲਾ ਹੈ? ਯਾਰ ਤੇ ਤੂੰ ਆਪ ਹੀ ਲਿਖਿਆ ਹੋਇਆ, ਮੇਰੇ ਮੂੰਹ ਚ ਨਿਕਲ ਗਿਆ। ਨਹੀਂ ਤੂੰ ਕਿਸ ਮੂਡ ਨਾਲ, ਕਿਸ ਹਿਸਾਬ ਨਾਲ ਗੱਲ ਕੀਤੀ ਯਾਰ, ਤੂੰ ਗੱਲ ਕਰਨ ਦਾ ਹੋਰ ਵੀ। ਚਲੋ ਮੈਂ ਮੰਨਦਾ ਠੀਕ ਹੈ, ਮੈਂ ਖੜਾ, ਮੈਂ ਆਪਣੇ ਬਿਊ ਕਹਿੰਦਾ ਹਾਂ। ਤੇ ਮੈਂ ਕਦੇ ਚੁੱਟੀ ਐ ਫਿਲਟਰ ਨਾ ਚੁੱਟੀ ਐ, ਸਾਰੀ ਸੇਮ ਰੰਗ। ਮੈਂ ਕਦੋਂ ਕਿਹਾ ਵਜੇ, ਮੇਰਾ ਕਹਿਣ ਦਾ ਮਤਲਬ ਉਹ ਨਹੀਂ ਸੀ, ਮੇਰਾ ਕਹਿਣ ਦਾ ਮਤਲਬ ਸੀ ਜੈ ਜੈ ਹੁਣ ਤੂੰ, ਤੇਰਾ ਨਾਮ ਹੁੰਦਾ ਕਿ ਤੇਰਾ ਜਿਹੜਾ ਨਾਮ ਹੈ, ਮੈਂ ਕਹਿੰਦੀ ਬੇਸ਼ੱਕ ਤੂੰ ਇਹ ਫਲਾਨ ਹੈ, ਬਟ ਤੇਰਾ ਨਾਮ ਹੀ ਕਾਲਾ ਵਾ, ਤੇ ਮੈਂ ਉਸ ਕਾਲਾ ਕਹਿ ਕੇ ਗੱਲ ਕਰ ਰਹੀ ਨਹੀਂ। ਸੀ। 1 ਮਿੰਟ ਮੇਰੀ ਗੱਲ ਸੁਣ, ਇੱਕ ਕੱਪ ਚਾਹ ਦੇ ਬਣਾ ਦੇ। ਹੈਲੋ, ਇੱਕ ਕੱਪ ਚਾਹ ਦੇ ਬਣਾ ਦੇ। ਕਿੰਝ ਬਣਾਵਾਂ? ਜਾਂ ਮੋਬਾਈਲ ਫੜੀ ਜਾਂ ਮੇਰੇ ਸਾਹਮਣੇ ਬਣਾ ਜਾ। ਈਦ ਦੀਆਂ ਤਿਆਰੀਆਂ, ਥੱਲੇ ਅੱਧਾ ਟੱਬਰ ਬੈਠਾ ਮੇਰਾ। ਤੇਰੇ ਟੱਬਰ ਨੂੰ ਇਸ ਗੱਲ ਨਾਲ ਕੀ ਲੱਗੇ, ਤੂੰ ਚਾਹ ਬਣਾਉਣੀ ਹੋ ਗਈ? ਤੇ ਕੈਮਰਾ ਰੱਖ ਕੇ ਬਣਾਣੀ ਹੋ ਗਈ, ਅੱਜ ਚੰਦ ਕਿਤੋਂ ਨਿਕਲਿਆ ਫੈਕਾ ਚਾਹ ਬਣਾਉਂਦੀ ਹੈ। ਅੱਜ ਕਾਨੂੰਨ ਬਦਲ ਕੇ ਰੱਖ ਦੇ ਜਾ।
ਜਿਹੜਾ ਕੋਈ ਗੱਲ ਕਰੇ ਉਹਨਾਂ ਪਿਛਾੜ ਜਾ ਤੁਹਾਡੀ ਜਾਂ ਸੀ ਕਿ ਅਸੀਂ ਮੇਰਾ ਕਾਲਾ ਚਾਹ ਮੰਗ ਰਹੇ ਹਾਂ। ਅੱਛਾ ਮਤਲਬ ਮੈਂ ਘਰੋਂ ਬਾਹਰ ਘਰੋਂ ਬਾਹਰ ਕਿ ਤੂੰ ਚਾਹ ਪਕਾਣੀ ਜਾ ਕੇ। ਅੱਛਾ ਮੈਂ ਸੁਬਹ ਦੀ ਮੈਂ ਵੀ ਚਾਹ ਨਹੀਂ ਪੀਤੀ, ਚਾਹ ਖਤਮ ਹੋ ਗਈ ਸੀ ਜਦ ਤੱਕ ਮੈਂ ਚਾਹ ਪੀਣ ਗਈ, ਫਿਰ ਮੈਂ ਬਣਵਾਈ ਨਹੀਂ ਦੁਬਾਰਾ। ਅੱਛਾ ਗੱਲ ਤਾਂ ਸੁਣਾ, ਹਾਂ ਅਗਰ ਤੈਨੂੰ ਇੰਜੀਨੀਅਰ ਨਾ ਲੱਭਿਆ ਤਾਂ ਫਿਰ ਮੈਂ ਆਸ ਉਮੀਦ ਰੱਖਾਂ। ਮੱਖੀ ਮੇਰੇ ਕੋਲ ਆ ਗਈ ਆਸ ਮੇ ਤੇ ਅਗਰ ਜੇ ਲੱਗ ਜੇ ਗਿਆ ਤੇਰੇ ਤਾਂ ਇੰਜੀਨੀਅਰ ਮੇਰੀ ਗੱਲ ਲਿਖ ਲੈ, ਅੱਜ 2000 ਬੰਦਾ ਮੇਰਾ ਮੇਰਾ 2000 ਬੰਦਾ ਸੁਣ ਰਿਹਾ ਹੈ, ਤੇਰੇ ਲਈ ਪਤਾ ਨਹੀਂ ਕਿੰਨੇ ਬੰਦੇ ਬੈਠੇ ਨੇ, ਮੈਨੂੰ ਨਹੀਂ ਪਤਾ। ਅੱਛਾ 1000 ਬੈਠੇ, ਥੋੜੇ ਜਿਹੇ ਕੰਮ। 3000 ਬੰਦਾ ਗੱਲ ਸੁਣ ਰਿਹਾ ਹੈ। ਜੇ ਤੇਰੇ ਇੰਜੀਨੀਅਰ ਤੈਨੂੰ ਇਹ ਗੱਲ ਆਖੇ ਵੀ ਮੇਰੀ ਕਾਲੇ ਨਾਲ ਸੈਲਫੀ ਚੁਕਵਾ ਦਿੱਤੀ ਮੇਰੇ ਬੰਦੇ, ਜਾ ਕੀ ਕਹਿਤਾ ਜੇ ਕੀ ਤੇਰੇ ਕਵੇ। ਇੰਜੀਨੀਅਰ ਨੇ ਕਹਿ ਦਿੱਤਾ ਵੀ ਉਹ ਕਾਲੇ ਹਾਂ ਨੂੰ ਜਾਣਨੀ ਹੈ ਤੇ ਫਿਰ ਔਰ ਟਿਕਟੌਕ ਤੇ ਜਿਹੜਾ ਮੁੰਡਾ ਹੈ ਫਿਰ ਰੁਕੂੰਗੀ, ਹਾਂ ਕਿਉਂ ਨਹੀਂ ਫਿਰ। ਤੇ ਯਾਰ ਉਹਨੇ ਨਹੀਂ ਤੇਰੇ ਇੰਜੀਨੀਅਰ ਨੂੰ ਮੂੰਹ ਲਾਣਾ। ਹਾਂ ਇਹ ਕਿਹੜੀ ਹਾਂ ਗੱਲ, ਬਈ ਸਾਡਾ ਵੀ ਇੱਕ ਆਪਣਾ ਲੈਵਲ ਹੈ, ਅਸੀਂ ਮੁੰਡੇ ਦੇ ਬੰਦੇ ਤੇ ਨਹੀਂ ਵੀ ਤੇਰੇ ਇੰਜੀਨੀਅਰ ਮਗਰ ਭੱਜੇ ਫਿਰੀਏ। ਨਹੀਂ ਮੈਂ ਆਵਾਂਗੀ ਨਾ ਤੈਨੂੰ ਆਪਣੇ ਤੇਰੇ ਇੰਜੀਨੀਅਰ ਨਾਲ ਇੰਜੀਨੀਅਰ ਨੂੰ ਵੇਖ ਕੇ ਕਾਲੇ ਨੇ ਤੂੰ ਜੇ ਸੜ ਕੇ ਕੋਲਾ ਹੋ ਜਾਣਾ ਹੈ। ਨਹੀਂ ਹੁੰਦਾ ਤੂੰ ਟੈਨਸ਼ਨ ਨਾ ਲੈ, ਕਾਲਾ ਕੁਛ ਅੱਗੇ ਕਾਲਾ ਰਹਿੰਦਾ, ਕਾਲਾ ਇੰਜੀਨੀਅਰ ਨਾਲ ਵੇਖ ਕੇ ਹੋ ਜਾਏਗਾ। ਬਲਕਿ ਮੈਂ ਚਾਹੁੰਦਾ ਹੀ ਨਹੀਂ ਤੇਰੇ ਨਾਂ ਨਾਲ ਕਿਸੇ ਹੋਰ ਦਾ ਨਾਂ ਲੱਗੇ, ਗੱਲ ਖਤਮ। ਮਤਲਬ ਫਾਇਕਾ ਕਾਲਾ ਇਹ ਕਿਹੜਾ ਨਾਮ ਬਣਿਆ, ਇਹ ਕਾ ਫਾਇਕਾ ਕਾਲਾ ਫਾਇਕਾ ਕਾਲੀ ਹੈ। ਆ ਯੈਸ ਯੈਸ ਚੁੱਪ ਯਾਰ, ਵੇਖ ਉਹ ਤੇਰੀ ਸਿਸਟਰ ਵੀ ਇਸ ਚੀਜ਼ ਤੋਂ ਰਾਜ਼ੀ ਹੈ, ਬਿਲਕੁਲ ਮੰਨਣ ਨੂੰ ਤਿਆਰ ਹੈ, ਬਹੁਤ ਅੱਛੀ ਕੁੜੀ ਹੈ, ਉਹਦੇ ਕੰਫੀਡੈਂਸ ਨੂੰ ਸਲੂਟ ਹੈ, ਅੱਛੀ ਹੈ। ਫਾਇਕਾ ਕਾਲਾ ਫਾਇਕਾ ਕਾਲਾ ਬਤਮੀ ਨਾਮ ਲੋ ਗਾਇਸ, ਫਾਇਕਾ ਕਾਲਾ ਯੂ ਮੈਰੀ ਮੀ ਫਾਇਕਾ ਕਾਲਾ। ਐ ਕੁੜੀ ਚੰਗੀ ਹੈ ਬ੍ਰੋਡਕਾਸਟਰ ਦੇ ਨਾ, ਮੈਂ ਉਧਰ ਆ ਕੇ ਚਲੀ ਗਈ ਦੇ। ਤੂੰ ਕਿਤਨੀ ਬਦਤਮੀਜ਼ ਹੈ ਤਾ ਬਹੁਤ ਹੈ ਯਾਰ ਸੇ, ਫਾਇਕਾ ਕਾਲਾ ਗਾਇਸ ਫਾਇਕਾ ਕਾਲਾ ਜੀ। ਆ ਚੁੱਪ ਯਾਰ, ਕੀ ਉਹਨੂੰ ਗੱਲ ਕਰਨ ਦਿਓ ਤਾਂ ਪੂਰਾ ਅੱਕੇ, ਤੂੰ ਕਿਉਂ ਲੜਨ ਲਈ, ਜਾਂ ਤਾਂ ਤੂੰ ਮੈਨੂੰ ਜਵਾਬ ਦੇ। ਥੱਲੇ ਫਾਇਕਾ ਕਾਲਾ ਲਿਖਦੇ ਆ, ਫਾਇਕਾ ਕਾਲਾ ਨਹੀਂ ਤਾਂ ਤੂੰ ਮੈਨੂੰ ਜਵਾਬ ਦੇ, ਖਤਮ। ਮੈਂ ਤੇਰੇ ਸਾਹਮਣੇ ਬੈਠਾ ਸਾੜੀ ਹੈ ਨਾ, ਉਹਨੂੰ ਗੱਲ ਕਰਨ ਦੇ। ਤੂੰ ਡਾਂਟ ਰਿਹਾ ਯਾ ਤੂੰ ਕਹਿ ਦੇ ਗੱਲ ਖਤਮ। ਕੀ ਕਹਿਤਾ ਤੂੰ, ਕਹਿ ਤੂੰ ਕਹਿ, ਕਰੇ ਆਪਣਾ ਕੰਮ ਕਰ, ਮੈਂ ਏਡੀ ਵੇਡੀ ਨਹੀਂ, ਜਾ ਮੇਰੀ ਜ਼ਿੰਦਗੀ ਚ ਟੁੱਟ ਜਾ। ਦਿਲ ਨਹੀਂ ਕਰਦਾ ਕਹਿ ਨੂੰ, ਕੀ ਕਰੀਏ ਦਿਲ ਕਿਉਂ ਨਹੀਂ ਕਰਦਾ, ਕੀ ਕਰੀਏ, ਦੋਨੇ ਕਹਿ ਨਹੀਂ ਕਰਨ ਦੇ, ਫਿਰ ਅਸੀਂ ਵਿੱਚ ਦਰਮਿਆਨ ਸਾਂ। ਤੇ ਫਿਰ ਜਦੋਂ ਬੰਦੇ ਨੂੰ ਕਿਸੇ ਨੂੰ ਇੰਨਾ ਤਰਸਾਈਏ ਨਾ, ਜਾਂ ਇੰਨਾ ਬੰਦਾ ਬੰਦੇ ਨੂੰ ਗੱਲ ਕਰੇ, ਤੇ ਫਿਰ ਜਾਂ ਤਾਂ ਅਗਲੇ ਨੂੰ ਜਵਾਬ ਦੇ ਦੇ, ਜਾਂ ਫਿਰ ਅਗਲੇ ਦੇ ਨਾਲ ਚੱਲੀ ਦੇ। ਤੇ ਅਗਰ ਬੰਦਾ ਖੁਦ ਕਨਫਿਊਜ਼ ਹੋਵੇ ਨਾ ਇੱਧਰ ਨਾ ਉੱਧਰ, ਫਿਰ